ਪ੍ਰੋਫੈਸਰ ਅਬਦੁਲ ਵਹੀਦ ਕੁਰੇਸ਼ੀ ਹਰੀਪੁਰ ਦਾ ਜਾਣਾ ਪਛਾਣਾ ਨਾਮ ਪ੍ਰੋਫੈਸਰ ਵਾਲਮੀ ਦਾ ਪੇਸ਼ਾ ਗਵਰਨਮੈਂਟ ਪੋਸਟ ਗ੍ਰੈਜੂਏਟ ਕਾਲਜ ਹਰੀਪੁਰ ਫਿਜ਼ਿਕਸ ਦੇ ਉਸਤਾਦ ਗੱਲਬਾਤ ਕਰ ਸਕਦਾ ਕਿ ਤਰਜੀਹ ਦੇ ਵਾਲਾ ਪ੍ਰੋਫੈਸਰ ਵਹੀਦ ਕੁਰੇਸ਼ੀ ਸੰਸਾਰ ਤਹਿਸੀਨ ਜਾਵੇਦ ਸਾਹਿਬ ਵਾਲੇ ਮੌਜੂਦ ਹਨ ਸੇਜਾਜ ਨੂੰ ਵੀ ਆਪਾਂ ਗੱਲਬਾਤ ਕਰਨਾ ਚਾਹੁੰਦੇ ਤਹਿਸੀਨ ਜਾਵੇਦ ਸਾਹਿਬ ਇਹ ਨਾਮ ਤੁਸੀਂ ਗੱਲ ਕੀ ਕਹਿਣਾ ਪੇ ਡੇਟ ਜੀਓ ਟੀਵੀ ਦੇ ਦੇਖਦੇ ਹੋ ਸੋ ਅੱਜ ਤੁਹਾਨੂੰ ਸਾਹਮਣੇ ਮੌਜੂਦ ਹਨ ਤਹਿਸੀਨ ਜਾਵੇਦ ਜ਼ਿਆਉਦੀਨ ਸਾਹਿਬ ਇਹਨਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਮੈਂ ਤੇ ਸਮਝ ਲਿਆ ਇਹਨਾਂ ਦੇ ਸ਼ਾਇਰ ਬਿਆਨਕਾ ਬੇਚਣਾ ਮੇਰੇ ਪਿਆ ਪਰ ਬਹੁਤ ਦਿਲ ਖੁਸ਼ ਹੋਇਆ ਮਨਸੇਰੇ ਵਿੱਚ ਸਾਡੇ ਦੋਸਤ ਨੂੰ ਉਹਨਾਂ ਦੇ ਘਰ ਅਸੀਂ ਗਏ ਰਹੇ ਹਾਂ ਕਿਉਂਕਿ ਸਾਡਾ ਕਲਚਰ ਨਾਲ ਧਰ ਕੇ ਫਨਕਾਰ ਹਾਂ ਅਸੀਂ ਤੇ ਉੱਥੇ ਅਸੀਂ ਗਏ ਰਹੇ ਉੱਥੇ ਬੈਠਦੇ ਹਾਂ ਤੇ ਬਾਹਰ ਕਿਸੇ ਬੈਲ ਵਜਾਈਏ ਤੇ ਉਹ ਜਾ ਕੇ ਉਸ ਆਖਿਆ ਜੋ ਬਾਹਰ ਦੇਖ ਕੌਣ ਆਇਆ ਤੇ ਉਹ ਗਿਆ ਬਾਹਰ ਤੇ ਮੁੜ ਕੇ ਆਇਆ ਫਿਰ ਪਾਪਾ ਉਹ ਸਮੀਨਾ ਆਂਟੀ ਕੇ ਪਤੀ ਆਏ ਹੈ ਮਨਸੇਰੇ ਬਿਲ ਪੇ ਆਤਾ ਹੈ ਸਮੀਨਾ ਆਂਟੀ ਕੇ ਪਤੀ ਆਏ ਹੈ ਕਿਤਨੇ ਅਫਸੋਸ ਦੀ ਗੱਲ ਹੈ ਕਿਤਨੀ ਸ਼ਰਮਿੰਦਗੀ ਦੀ ਗੱਲ ਹੈ ਔਰ ਮੈਂ ਸਮਝਦਾ ਇਹ ਅਸਾਂ ਵਾਸਤੇ ਬੜੀ ਮੈਂ ਸਮਝਦਾ ਬਹੁਤ ਸ਼ਰਮਿੰਦਗੀ ਦੀ ਗੱਲ ਹੈ ਕਿ ਅਸੀਂ ਫਨਕਾਰ ਹਾਂ ਇਹ ਲਿਖਾਰੀ ਅਸੀਂ ਕਿੱਥੇ ਕੰਮ ਕਰਦੇ ਹਾਂ ਢੱਡੇ ਖੂਹੇ ਵਿੱਚ ਅਸੀਂ ਉਹ ਮਹਿੰਗਾ ਵਾਂਗੂ ਏਰੀਆ ਜਿੱਥੇ ਕੋਈ ਡਰਾ 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 ਬਸ ਉੱਥੇ ਹੀ ਖਤਮ ਅਸਾਂ ਫਿਰ ਬੜਾ ਦੁੱਖ ਹੋਇਆ ਮੈਂ ਤੇ ਅਮਜਦ ਖਾਨ ਮੇਰੇ ਨਾਲ ਦੇ ਅਸਾਂ ਇਹ ਗੱਲ ਸਕੀ ਆ ਕਰਾਂ ਅਸਾਂ ਨਹੀਂ ਪਤਾ ਹੈ ਦੋਸਤ ਤੇ ਗੁਦਾਰਾ ਬੋਲ ਰਹੇ ਹੈ ਜ਼ਿਆਉਦੀਨ ਸਾਹਿਬ ਇਤਨੇ ਅਸੇ ਤੋਂ ਪੇ ਕੰਮ ਪੇ ਕਰਦੇ ਅਸੀਂ ਵੀ 1988 ਤੋਂ ਪੇ ਕਰਦੇ ਹਾਂ ਕੰਮ ਪਰ ਦੀ ਰਾਤਾ ਨਹੀਂ ਨਾ ਅਸਾਂ ਫਿਰ ਇਨਕੋ ਦੀ ਫਿਲਮ ਬਣਾਈਏ ਪਹਿਲੀ ਇਨਕੋ ਦੀ ਤਾਰੀਖ ਦੀ ਪਹਿਲੀ ਫਿਲਮ ਰਾਤ ਜੰਗਲੇ ਤੇ ਦੁਨੀਆ ਅਸਾਂ ਦੱਸਿਆ ਇਹਦਾ ਕਿ ਇਹ ਸਾਡੀ ਇਨਕੋ ਜ਼ਬਾਨ ਹੈ ਔਰ ਅਸਾਂ ਵਾਸਤੇ ਬੜੇ ਇਜ਼ਾਜ਼ ਦੀ ਗੱਲ ਹੈ ਕਿ ਡੀਐਮ ਡਿਜੀਟਲ ਇੰਗਲੈਂਡ ਦੇ ਚੈਨਲ ਉੱਤੇ ਚੱਲੀਏ ਪਰ ਜਾ ਔਰ ਮੈਂ ਇਨਸ਼ਾਅੱਲਾ ਹੈ ਨਾ ਜ਼ਿਆਉਦੀਨ ਸਾਹਿਬ ਪਸ਼ੌਰ ਵਿੱਚ ਹੋਣ ਲਾਹੌਰ ਵਿੱਚ ਹੋਣ ਇੰਡੀਆ ਵਿੱਚ ਹੋਣ ਮੈਂ ਨਾ ਉਹਨਾਂ ਛੋੜਦਾ ਕਿਉਂ ਅਸਾਂ ਇਸ ਕਲਚਰ ਆਪਣੇ ਜੇਬ ਵਿੱਚੋਂ ਖੁਦਾ ਕੀ ਕਸਮ 10-10 ਹਜ਼ਾਰ ਰੁਪਏ ਪਾ ਕੇ ਤੇ ਇਹ 1,20,000 ਰੁਪਏ ਦੀ ਇਹ ਰਾਤ ਚੰਦਰੇ ਦੀ ਫਿਲਮ ਬਣਾਈਏ ਤੁਸੀਂ ਜਰਾ ਰਿਪੋਰਟ ਦੇਖੋ ਅਸਾਂ ਕੀ ਕੀਤਾ ਜਰਾ ਪਲੀਜ਼ ਜ਼ਿਆਉਦੀਨ ਸਾਹਿਬ ਦਰਸ਼ੀ ਕਾਉ ਔਰ ਇਹ ਵੀ ਸਾਡੀ ਤਰ੍ਹਾਂ ਕਰ ਰਹੇ ਸੇ ਇਸ ਦੇ ਬਾਰੇ ਨਾਲ ਕੁਝ ਕਰਦਾ ਦੋਰਾ ਨਵੇਂ ਕਿਥੇ ਉਹ ਇਸ ਦੇ ਜਗੇ ਪੇਸ਼ ਕਰ ਸਕਦੇ ਜ਼ਿਆਉਦੀਨ ਸਾਹਿਬ ਸਭ ਰਾਤ
شکریہ ادا کرنا، لیکن خصوصی طور پہ دو افراد کا میں نام لے کے شکریہ صاحب ادا کر سا کہ دو افراد اتنے ہوں گے کہ گندھارا ان کو بورڈ پشور 200 کلومیٹر چل کے چوتھی آدمی ان کو کانفرنس کامیابی کا منعقد نہیں کر سکتا ہے. پہلا نام محترم راشد قریشی صاحب کا ہے. دوسرا نام پروفیسر ناصر بہو صاحب کا ہے. گندھارا کو بورڈ بیٹھک سے نکل کے ساڑھے 4 کنال کی یونیورسٹی ٹاؤن میں سستی
ਕਿ ਅਪਲੋਡ ਕਰ ਦਿੱਤੀ ਇਨਸ਼ਾਅੱਲਾ ਸਾਰੀ ਸਾਰੀ ਅਪਲੋਡ ਕਰ ਦਿੱਤੀ ਮੈਂ ਹਰੀਪੁਰ ਦੇ ਲੋਕਾਂ ਦੀ ਮੁਹੱਬਤ ਹੁਣ ਕਦੀ ਨਾ ਕੋਈ ਯਾਦ ਦੱਸਿਆ ਹਮੇਸ਼ਾ।